ਸਸਟੀਕਲ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ। ਜੀ ਹਾਂ, ਉਹਨਾਂ ਦਾ ਬੀਪੀ ਲੋ ਹੋ ਗਿਆ ਹੈ ਤੇ ਨਾਲ ਹੀ ਸ਼ੂਗਰ ਅਪ ਡਾਊਨ ਦੀ ਵੀ ਗੱਲ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਹੈ, ਪਰ ਕਿਸਾਨ ਲੀਡਰ ਡੱਲੇਵਾਲ ਨੇ ਇਨਕਾਰ ਕਰ ਦਿੱਤਾ। ਡੱਲੇਵਾਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਉਹਨਾਂ ਨੂੰ ਧੱਕੇ ਦੇ ਨਾਲ ਚੁੱਕ ਕੇ ਹਸਪਤਾਲ ਦਾਖਲ ਕਰਵਾਉਣਾ ਚਾਹੁੰਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਹਾਈਵੇ ਨੰਬਰ 54 ਉੱਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹ ਮਰਨ ਵਰਤ ਤੇ ਰਹਿਣਗੇ ਅਤੇ ਹਾਈਵੇ ਤੇ ਲੱਗਿਆ ਜਾਮ ਖੋਲਿਆ ਨਹੀਂ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਡੱਲੇਵਾਲ ਦਾ ਮਰਨ ਵਰਤ ਕਿਸਾਨ ਅੰਦੋਲਨ ਨੂੰ ਹੋਰ ਗਰਮਾ ਸਕਦਾ ਹੈ। ਮਰਨ ਵਰਤ ਤੇ ਦੂਜੇ ਦਿਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡੱਲੇਵਾਲ ਹੋਰ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਨੇ ਮੰਗਾਂ ਮੰਨ ਕੇ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ, ਜਿਸ ਕਰਕੇ ਉਹਨਾਂ ਨੂੰ ਤਿੱਖਾ ਸੰਘਰਸ਼ ਵਿੜਨਾ ਪਿਆ। ਕਿਸਾਨ ਆਗੂ ਨੇ ਸਰਕਾਰ ਦੇ ਨਾਲ ਨਾਲ ਖੱਪੀਆਂ ਧਿਰਾਂ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਖਿਲਾਫ ਵੀ ਖੁੱਲ੍ਹ ਕੇ ਭੜਾਸ ਕੱਢੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਤੀਜੇ ਦਿਨ ਵੀ ਉਹ ਆਪਣੇ ਮਰਨ ਵਰਤ ਤੇ ਜਾ ਰਹੇ ਹਨ। ਡਾਕਟਰਾਂ ਦੇ ਵੱਲੋਂ ਵੀ ਸਲਾਹ ਦਿੱਤੀ ਗਈ ਹੈ ਕਿ ਮਰਨ ਵਰਤ ਨੂੰ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਪਰ ਡੱਲੇਵਾਲ ਸਾਹਿਬ ਆਪਣੀ ਜਿੱਤ ਤੇ ਅੜੇ ਹੋਏ ਹਨ। ਉਹਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਧਰਨਾ ਖਤਮ ਨਹੀਂ ਕਰਨਗੇ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਦਿੰਦੀ। ਉਹ ਆਪਣੀ ਵਿਗੜੀ ਸਿਹਤ ਦੇ ਨਾਲ ਹੀ ਮਰਨ ਵਰਤ ਜਾਰੀ ਕਰ ਰਹੇ ਹਨ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਡਾਕਟਰ ਸਾਹਿਬਾ ਦਾ ਤੇ ਨਾਲ ਹੀ ਡੱਲੇਵਾਲ ਸਾਹਿਬ ਦਾ ਇਸ ਮੌਕੇ ਕੀ ਕਹਿਣਾ ਹੈ। ਹਾਂਜੀ, ਦੇਖੋ ਜੀ, ਅੱਜ ਡੇ 3rd ਹੈਗਾ ਇਹਨਾਂ ਦਾ ਫਾਸਟਿੰਗ ਦਾ, ਅਤੇ ਬਲੱਡ ਸ਼ੂਗਰ ਇਹਨਾਂ ਦੀ ਬਹੁਤ ਹੀ ਘੱਟ ਹੈ, ਪਰਮਿਸੀਬਲ ਲੈਵਲਸ ਤੋਂ ਥੱਲੇ ਹੋਣ ਕਰਕੇ ਇਹਨਾਂ ਨੂੰ ਖਦਸ਼ਾ ਹੈ ਵੀ ਕੋਈ ਹਾਈਪੋਗਲਾਈਸੀਮਿਕ ਅਟੈਕ ਨਾ ਆ ਜਾਏ ਅੱਗਿਓਂ, ਅਤੇ ਅਸੀਂ ਪੇਸ਼ੈਂਟ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਐਮਰਜੈਂਸੀ ਸ਼ਿਫਟ ਹੋ ਕੇ ਇੱਕ IV ਡ੍ਰਿਪ ਦਾ ਅਸੀਂ ਇਹਨਾਂ ਨੂੰ ਟ੍ਰੀਟਮੈਂਟ ਦਈਏ, ਬਟ ਪੇਸ਼ੈਂਟ ਰਿਜ਼ਿਸਟੈਂਟ ਹੈ। ਉਹ ਬਾਬਾ ਜੀ ਪੂਰਾ ਅਟਲ ਹੈ ਕਿ ਮੈਂ ਤਾਂ ਇੱਥੋਂ ਨਹੀਂ ਜਾਣਾ ਹੈਗਾ, ਅਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਪਹਿਲਾਂ ਵੀ ਧਰਨੇ 'ਤੇ ਇੱਦਾਂ ਫਾਸਟਿੰਗ ਕਰਦੇ ਰਹੇ ਨੇ, ਪਰ ਬੀਇੰਗ ਡਾਕਟਰ ਸਾਨੂੰ ਇਹ ਸ਼ੂਗਰ ਲੈਵਲ ਨਹੀਂ ਪਰਮਿਸੇਬਲ, ਅਤੇ ਅਸੀਂ ਮੋਟੀਵੇਟ ਕਰ ਰਹੇ ਹਾਂ, ਅਤੇ ਅਗਰ ਲੱਗਿਆ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਤਾਂ ਅਸੀਂ ਇਹਨਾਂ ਨੂੰ ਫੋਰਸੀਬਲੀ ਵੀ ਸ਼ਾਇਦ ਸਾਨੂੰ ਸ਼ਿਫਟ ਕਰਨਾ ਪੈ ਜੇ, ਬਟ ਉਹਨਾਂ ਲਈ ਇੱਕ ਵਾਰੀ ਰਿਟਰਨ ਆਪਣੇ ਵੱਲੋਂ ਲਿਖਤਾ ਹੈਗਾ ਵੀ ਮੈਂ ਇੱਥੋਂ ਨਹੀਂ ਜਾਣਾ। ਕੰਪਲੀਕੇਸ਼ਨਸ ਉਹਦੇ ਵਿੱਚ ਦੇਖੋ, ਇੱਕ ਸਭ ਤੋਂ ਪਹਿਲਾਂ ਇਹ ਹੈ ਕਿ ਅੰਦਰ ਇਹ ਜਿਹੀ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ, ਜਿਹੜੇ ਅੰਦਰ ਕੀਟੋਨ ਬਾਡੀਜ਼ ਜਿਹੜੀਆਂ ਉਹ ਬਣਨੀਆਂ ਸਟਾਰਟ ਹੋ ਜਾਂਦੀਆਂ ਨੇ। ਪੇਸ਼ੈਂਟ ਨੂੰ ਇੱਕ ਹਾਈਪੋਗਲਾਈਸੀਮਿਕ ਅਟੈਕ ਇੱਕਦਮ ਬੇਹੋਸ਼ ਹੋ ਜਾਂਦਾ, ਜਿਹਦੇ ਨਾਲ ਪੇਸ਼ੈਂਟ ਨੂੰ ਖੁਦ ਨੂੰ ਤਾਂ ਲੱਗ ਰਿਹਾ ਕਿ ਮੈਂ ਫਿੱਟ ਹਾਂ, ਬਟ ਕਦੀ ਵੀ ਕੋਈ ਇਹਨਾਂ ਨੂੰ ਹਾਈਪੋਗਲਾਈਸੀਮੀਆ ਦਾ ਅਟੈਕ ਆ ਸਕਦਾ, ਪੇਸ਼ੈਂਟ ਸ਼ੌਕ 'ਚ ਜਾ ਸਕਦਾ। ਐਮਰਜੈਂਸੀ ਦੇਖੋ, ਸਾਡੀ ਤਾਂ ਟੀਮ ਤਿਆਰ ਬਰ ਤਿਆਰ ਹੈ, ਸਿਹਤ ਵਿਭਾਗ ਬਿਲਕੁਲ, ਅਸੀਂ ਇਹਨਾਂ ਦੇ ਬਰੂਹਾਂ 'ਤੇ ਬੈਠੇ ਹੋਏ ਹਾਂ। ਤੀਜਾ, ਚੌਥਾ ਦਿਨ ਸਾਨੂੰ ਇੱਥੇ ਹੋ ਗਿਆ, ਅਤੇ ਇਹਨਾਂ ਨੂੰ ਅਸੀਂ ਮੋਟੀਵੇਟ ਕਰ ਰਹੇ ਹਾਂ ਕਿ ਆਪਾਂ ਐਮਰਜੈਂਸੀ ਹੋਸਪਿਟਲ ਸ਼ਿਫਟ ਕਰ ਲਈਏ, ਨਹੀਂ ਤਾਂ ਇੱਥੇ ਵੀ ਅਸੀਂ ਪੂਰਾ ਪ੍ਰਬੰਧ ਰੱਖਿਆ ਹੋਇਆ ਹੈ। ਐਂਬੂਲੈਂਸ ਸਾਡੀ ਪੂਰੀ ਇੱਕ ਲਾਈਫ ਸਪੋਰਟ ਸਿਸਟਮ ਦੀ ਐਂਬੂਲੈਂਸ ਇੱਥੇ ਰੈਡੀ ਹੈ, ਅਤੇ ਡੋਰ ਸਟੈਪਸ 'ਤੇ ਅਸੀਂ ਜੋ ਵੀ ਸਾਨੂੰ ਟ੍ਰੀਟਮੈਂਟ ਦੇਣਾ ਪਿਆ, ਵੀ ਆਰ ਰੈਡੀ ਵਿਦ ਇਟ। ਦੇਖੋ, ਅੱਜ ਸਾਨੂੰ ਨਾ ਐਮਰਜੈਂਸੀ ਮੀਟਿੰਗ ਕੁਝ ਕਾਰਨਾਂ ਕਰਕੇ ਸੱਦਣੀ ਪਈ ਕਿ ਸਾਡੇ ਕੁਛ ਆਦਮੀ ਇਮੋਸ਼ਨਲੀ ਭਾਵਕ ਹੋ ਕੇ ਉਹਨਾਂ ਨੇ ਨਾ ਵੱਖ ਵੱਖ ਥਾਵਾਂ 'ਤੇ ਇਹ ਮਰਨ ਵਰਤ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ, ਜਿਹਨੂੰ ਅਸੀਂ ਮਹਿਸੂਸ ਕੀਤਾ ਜਥੇਬੰਦੀ ਨੇ ਵੀ ਇਹ ਨਹੀਂ ਚਾਹੀਦਾ, ਕਿਉਂਕਿ ਗਾਹਾਂ ਦੀ ਗਾਹਾਂ ਵੱਧ ਰਿਹਾ ਕੰਮ। ਇਹ ਬੈਠ ਗਏ ਕੱਲ੍ਹ ਪਟਿਆਲੇ, 2 ਬੈਠ ਗਏ ਇੱਥੇ, ਆਪਣਾ ਮਤਲਬ ਮਾਨਸਾ ਬੈਠਣ ਦੀ ਤਿਆਰੀ ਕਰ ਲਈ, ਬੀਬੀਆਂ ਬੈਠਣ ਨੂੰ ਤਿਆਰ ਹੋ ਗਈਆਂ, ਫਿਰ ਉਹ ਕਿਤੇ ਨਾ ਕਿਤੇ ਮਤਲਬ ਸਾਨੂੰ ਇਹ ਲੱਗਿਆ ਵੀ ਇਹ ਗਲਤ, ਇਹ ਕਿਤੇ ਨਾ ਕਿਤੇ ਨੁਕਸਾਨ ਨਾ ਠਾਈਏ ਅਸੀਂ। ਉਹਦੇ ਲਈ ਅਸੀਂ ਮੀਟਿੰਗ ਕਰਕੇ ਫੈਸਲਾ ਲਿਆ ਕਿ ਕੋਈ ਵੀ ਮਤਲਬ ਜਿੰਨਾ ਚਿਰ ਮੈਂ ਬੈਠਾ ਉਨਾ ਚਿਰ ਕੋਈ ਵੀ ਹੋਰ ਮਤਲਬ ਬੈਠੇਗਾ ਨਹੀਂ। ਅਸੀਂ ਮਤਲਬ ਸਟਰੋਂਗਲੀ ਲੜਾਈ ਨੂੰ ਲੜੀਏ, ਅਸੀਂ ਲੋਕਾਂ ਦੇ ਵਿੱਚ ਆਪਦੀ ਗੱਲ ਲੈ ਕੇ ਜਾਈਏ, ਨਾ ਕਿ ਮਤਲਬ ਅਸੀਂ ਇੱਥੇ ਤੋਂ ਤੁਹਾਡਾ ਸਾਰਿਆਂ ਦਾ ਪਿਆਰ ਹੈ ਉਹ ਮੇਰੇ ਨਾਲ ਹੈਗਾ, ਮੈਂ ਤੁਹਾਡਾ ਦਿਲੋਂ ਸਤਿਕਾਰ ਕਰਦਾ, ਪਰ ਤੁਸੀਂ ਕਿਰਪਾ ਕਰਕੇ ਮੈਂ ਤੁਹਾਡੇ ਮਾਧਿਅਮ ਤੋਂ ਫਿਰ ਵੀ ਕਹੂੰਗਾ ਕਿ ਹੋਰ ਵੀ ਜਿਹੜੇ ਸਾਡੇ ਨੌਜਵਾਨ, ਸਾਡੀਆਂ ਬੀਬੀਆਂ, ਸਾਡੇ ਬਜ਼ੁਰਗ ਇਸ ਗੱਲ ਤੋਂ ਭਾਵੁਕ ਨੇ, ਉਹ ਥੋੜ੍ਹੇ ਜਿਹੇ ਕਾਇਮ ਰਹਿਣ। ਮੈਂ ਬਿਲਕੁਲ ਠੀਕ ਹਾਂ, ਹੌਸਲਾ ਬੁਲੰਦ ਹੈ, ਜਿੱਤਣ ਤੱਕ ਜਾਰੀ ਰੱਖਾਂਗੇ ਲੜਾਈ ਨੂੰ। ਜਿਹੜੀਆਂ ਆ ਰਹੀਆਂ ਨੇ ਗੱਲਾਂ, ਅੱਜ ਤੁਹਾਡੇ ਕੋਲ ਇਹ ਵੀ ਗੱਲ ਆ ਜੂਗੀ ਥੋੜ੍ਹੇ ਚਿਰ ਨੂੰ ਵੀ ਸ਼ੂਗਰ ਡਾਊਨ ਹੋ ਗਈ ਜੀ, ਇਹ ਸ਼ੂਗਰਾਂ ਸ਼ਾਗਰਾਂ ਆਪਾਂ ਨੂੰ ਜੱਟਾਂ ਨੂੰ ਕੁਛ ਨਹੀਂ ਕਰਦੀਆਂ ਆਉਂਦੀਆਂ। ਸੋ ਮੇਰੀ ਬੇਨਤੀ ਹੈ, ਜਿੰਨਾ ਚਿਰ ਆਪਣਾ ਲੜਨ ਦਾ ਜਜ਼ਬਾ ਕਾਇਮ ਹੈ ਉਨਾ ਚਿਰ ਅਸੀਂ ਕੋਈ ਇਹਨਾਂ ਗੱਲਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਚੜ੍ਹਦੀ ਕਲਾ 'ਚ ਰਹੋ ਔਰ ਮੋਰਚੇ ਨੂੰ ਮਤਲਬ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਚੱਲੋ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਅੱਜ ਤੁਹਾਡੇ ਜਿਹੜੇ ਸਾਥੀ ਬੈਠੇ ਨੇ ਤੁਹਾਡੇ ਨਾਲ, ਉਹਨਾਂ ਦਾ ਮਰਨ ਵਰਤ ਨਹੀਂ, ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ, ਮੈਂ ਅਪੀਲ ਕੀਤੀ ਵੀ ਆ ਜੀ, ਲੈਟਰ ਲਿਖ ਕੇ ਜਥੇਬੰਦੀ ਨੇ ਇੱਕ ਲੈਟਰ ਲਿਖ ਕੇ ਸਾਰਿਆਂ ਨੂੰ ਮਤਲਬ ਅਪੀਲ ਕੀਤੀ ਆ ਕਿ ਸਾਰੇ ਵੀਰ ਮਤਲਬ ਕਿਰਪਾ ਕਰਕੇ, ਸਾਡੀ ਹੰਬਲ ਰਿਕੁਐਸਟ ਹੈ, ਸਾਡੀ ਹੱਥ ਜੋੜ ਕੇ ਬੇਨਤੀ ਹੈ, ਤੁਹਾਡੇ ਜਜ਼ਬਾਤਾਂ ਨੂੰ ਅਸੀਂ ਸਮਝਦੇ ਹਾਂ, ਤੁਹਾਡੇ ਜਜ਼ਬਾਤਾਂ ਨੂੰ ਸਮਝਦੇ ਹਾਂ, ਪਰ
ਜਥੇਬੰਦੀ ਦੇ ਸਿਧਾਂਤਾਂ ਨੂੰ ਐਸਕੇਮ ਬਹੁਤ ਵੱਡਾ ਹੈ ਇਹਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਤੁਸੀਂ ਸਾਰੇ ਦੇ ਸਾਰੇ ਮਤਲਬ ਕਿਰਪਾ ਕਰਕੇ ਇਹਨੂੰ ਛੱਡੋ ਉਹਦਾ ਅਸੀਂ ਫੈਸਲਾ ਲੈ ਲਿਆ ਅੱਜ ਸਾਰਿਆਂ ਦਾ ਅਸੀਂ ਛੜਾ ਰਹੇ ਹਾਂ ਇਹਨਾਂ ਦਾ ਵੀ ਛੜਾ ਤਾਂ ਉੱਥੇ ਜਾ ਕੇ ਵੀ ਛੜਾਵਾਂ ਹਾਂਜੀ ਸਾਨੂੰ ਤਾਂ ਮਤਲਬ ਜਿਹੜਾ ਅਸੀਂ ਐਸਕੇਮ ਦੇ ਇੱਕ ਪ੍ਰੋਗਰਾਮ ਨਾਲ ਜਿਹੜਾ ਪ੍ਰੋਗਰਾਮ ਬਣਿਆ ਉਹ ਜਾਰੀ ਰਹੇਗਾ।